ਸੋ ਜਿਵੇਂ ਕਿ ਬਾਲੀਵੁੱਡ ਵਿੱਚ ਸ਼ਾਹਰੁਖ ਖਾਨ ਦੀ ਡੰਕੀ ਮੂਵੀ ਆ ਰਹੀ ਹੈ, ਸੋ ਇਹ ਉਹੀ ਡੰਕੀ ਹੈ ਜਿਹਨੂੰ ਆਪਾਂ ਡੌਂਕੀ ਕਹਿੰਦੇ ਹਾਂ। ਕਿਸੇ ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਾਣਾ ਉਸ ਨੂੰ ਡੌਂਕੀ ਕਿਹਾ ਜਾਂਦਾ ਹੈ। ਸੋ ਅੱਜ ਆਪਾਂ ਇਸ ਦੇ ਪ੍ਰੋਸੈਸ ਬਾਰੇ ਹੀ ਗੱਲ ਕਰਾਂਗੇ ਅਤੇ ਕੁਝ ਉਹ ਗੱਲਾਂ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ। ਕਿਵੇਂ ਖਤਰਨਾਕ ਇਲਾਕਿਆਂ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਬੰਦਾ ਆਪਣੇ ਪਸੰਦੀਦਾ ਕੰਟਰੀ ਵਿੱਚ ਪਹੁੰਚਦਾ ਹੈ, ਪਹੁੰਚਦਾ ਵੀ ਹੈ ਜਾਂ ਨਹੀਂ ਪਹੁੰਚਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਪੰਜਾਬ ਮੇਡ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਸੋ ਜ਼ਿਆਦਾਤਰ ਡੌਂਕੀ ਮਸ਼ਹੂਰ ਦੇਸ਼ਾਂ ਲਈ ਲਾਈ ਜਾਂਦੀ ਹੈ, ਜਿਵੇਂ ਅਮਰੀਕਾ, ਇੰਗਲੈਂਡ ਅਤੇ ਯੂਰਪ ਦੇ ਦੇਸ਼ਾਂ ਲਈ। ਸਭ ਤੋਂ ਪਹਿਲਾਂ ਅਮਰੀਕਾ ਦੇ ਡੌਂਕੀ ਪ੍ਰੋਸੈਸ ਬਾਰੇ ਗੱਲ ਕਰਦੇ ਹਾਂ। ਸੋ ਅਸਲ ਵਿੱਚ ਡੌਂਕੀ ਲਾਉਣੀ ਵੀਅਰ ਗਰਲਸ ਅਤੇ ਮੈਨ ਵਰਸਸ ਵਾਈਲਡ ਸ਼ੋਅ ਦੀ ਤਰ੍ਹਾਂ ਹੀ ਬਹੁਤ ਮੁਸ਼ਕਲ ਭਰੀ ਹੁੰਦੀ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹੁੰਦੀ ਹੈ ਏਜੰਟ ਤੋਂ, ਜਦੋਂ ਵਿਦੇਸ਼ ਜਾਣ ਦੇ ਲੀਗਲ ਰਾਹ ਜਿਵੇਂ ਆਇਲਸ ਅਤੇ ਵਰਕ ਵੀਜ਼ਾ ਬੰਦ ਹੋ ਜਾਂਦੇ ਨੇ ਤਾਂ ਦੋ ਨੰਬਰ ਵਿੱਚ ਵਿਦੇਸ਼ ਜਾਣ ਵਾਲਾ ਏਜੰਟ ਲੱਭਿਆ ਜਾਂਦਾ ਹੈ। ਅਤੇ ਅੱਜ ਤੋਂ 10-15 ਸਾਲ ਪਹਿਲਾਂ ਇਹ ਏਜੰਟ ਇੰਨੇ ਕੁ ਸੀ ਕਿ ਜੇ ਤੁਸੀਂ ਇੱਟ ਚੱਕੋ ਤਾਂ ਥੱਲਿਓਂ ਏਜੰਟ ਨਿਕਲਦਾ ਸੀ, ਅਤੇ ਜੇ ਉਹ ਇੱਟ ਕਿਸੇ ਦੇ ਮਾਰੋ ਤਾਂ ਉਹ ਵੀ ਏਜੰਟ ਹੀ ਹੁੰਦਾ ਸੀ। ਪਰ ਅੱਜ ਕੱਲ੍ਹ ਇੱਦਾਂ ਦੇ ਏਜੰਟ ਨਹੀਂ ਪਾਏ ਜਾਂਦੇ। ਅੱਜ ਕੱਲ੍ਹ ਥੋੜ੍ਹੇ ਪ੍ਰੋਫੈਸ਼ਨਲ ਏਜੰਟ ਨੇ ਆਪਣੇ ਵਧੀਆ ਆਫਿਸ ਬਣਾ ਕੇ ਬੈਠਦੇ ਨੇ, ਪਰ ਕੰਮ ਬੇਸ਼ੱਕ ਉਹ ਇਹੀ ਕਰਦੇ ਨੇ। ਕਹਿਣ ਦਾ ਭਾਵ, ਜੇ ਉਸ ਸਮੇਂ ਕਿਸੇ ਕੋਲ ਕੋਈ ਕੰਮ ਨਹੀਂ ਹੁੰਦਾ ਸੀ ਤਾਂ ਏਜੰਟ ਬਣ ਜਾਂਦਾ ਸੀ। ਸੋ ਏਜੰਟ ਲੱਭਣ ਤੋਂ ਬਾਅਦ ਅਮਰੀਕਾ ਦੇ ਜਿਸ ਰੂਟ ਤੋਂ ਲੋਕ ਐਂਟਰ ਹੁੰਦੇ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਡੈਡ ਲਿਸਟ ਰੂਟ ਮੰਨਿਆ ਜਾਂਦਾ ਹੈ। ਡੌਂਕੀ ਪ੍ਰੋਸੈਸ ਵਿੱਚ ਏਜੰਟ ਦੋ ਤਰੀਕੇ ਨਾਲ ਬਾਹਰ ਭੇਜਦਾ ਹੈ, ਮਤਲਬ ਇੱਕ ਪ੍ਰੋਸੈਸ ਵਿੱਚ ਤਾਂ ਬੰਦੇ ਨੂੰ ਪਤਾ ਹੁੰਦਾ ਹੈ ਕਿ ਉਹ ਡੌਂਕੀ ਰਾਹੀਂ ਬਾਹਰ ਜਾ ਰਿਹਾ ਹੈ, ਪਰ ਦੂਜੇ ਤਰੀਕੇ ਵਿੱਚ ਬੰਦੇ ਨੂੰ ਇੱਥੋਂ ਇਹ ਬੋਲ ਕੇ ਭੇਜਿਆ ਜਾਂਦਾ ਹੈ ਕਿ ਤੁਹਾਡੀ ਫਲਾਈਟ ਸਿੱਧੀ ਅਮਰੀਕਾ ਲੈਂਡ ਕਰੇਗੀ, ਪਰ ਇਹ ਫਲਾਈਟ ਲੈਟਿਨ ਅਮਰੀਕਾ ਦੇ ਕਿਸੇ ਦੇਸ਼ ਵਿੱਚ ਲੈਂਡ ਕਰਦੀ ਹੈ ਅਤੇ ਉਸ ਤੋਂ ਅੱਗੇ ਉੱਥੋਂ ਦੇ ਬੰਦੇ ਲੈ ਕੇ ਜਾਂਦੇ ਨੇ। ਅਤੇ ਉੱਥੇ ਇੱਕ ਵਾਰ ਉਤਰਨ ਤੋਂ ਬਾਅਦ ਬੰਦੇ ਨੂੰ ਇਹ ਡੌਂਕੀ ਵਾਲਾ ਪ੍ਰੋਸੈਸ ਫੋਲੋ ਕਰਨਾ ਹੀ ਪੈਂਦਾ ਹੈ, ਕਿਉਂਕਿ ਹੁਣ ਉਸ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ। ਬਹੁਤ ਦਿਨ ਉੱਥੇ ਰੱਖਣ ਤੋਂ ਬਾਅਦ ਉਸ ਨੂੰ ਇਸ ਲਈ ਮਨਾ ਲਿਆ ਜਾਂਦਾ ਹੈ ਕਿਉਂਕਿ ਹੁਣ ਉਹ ਬਹੁਤ ਸਾਰੇ ਪੈਸੇ ਪਹਿਲਾਂ ਹੀ ਏਜੰਟ ਕੋਲ ਫਸਾ ਚੁੱਕਿਆ ਹੁੰਦਾ ਹੈ, ਅਤੇ ਹੁਣ ਉਸ ਕੋਲ ਰਾਸਤਾ ਸਿਰਫ ਇੱਕ ਹੀ ਬਚਦਾ ਹੈ, ਉਹ ਹੁੰਦਾ ਹੈ ਡੌਂਕੀ ਦਾ। ਕਿਉਂਕਿ ਪੈਸੇ ਦੇਣ ਤੋਂ ਪਹਿਲਾਂ ਉਸ ਨੂੰ ਏਜੰਟ ਵੱਲੋਂ ਬਹੁਤ ਵਧੀਆ ਸੁਪਨੇ ਦਿਖਾਏ ਹੁੰਦੇ ਨੇ, ਪਰ ਬਾਅਦ ਵਿੱਚ ਉਸ ਨੂੰ ਇਹ ਪ੍ਰੋਸੈਸ ਫੋਲੋ ਕਰਨਾ ਹੀ ਪੈਂਦਾ ਹੈ। ਅਤੇ ਲੈਟਿਨ ਅਮਰੀਕਾ ਦੇ ਦੇਸ਼ ਜ਼ਿਆਦਾਤਰ ਮੈਕਸੀਕੋ, ਬ੍ਰਾਜ਼ਿਲ ਜਾਂ ਐਕੁਆਡੋਰ ਹੁੰਦੇ ਨੇ, ਜਿੱਥੋਂ ਦਾ ਵੀਜ਼ਾ ਇੰਡੀਆ ਨੂੰ ਜਲਦੀ ਮਿਲ ਜਾਂਦਾ ਹੈ, ਜਾਂ ਕਹਿ ਲਓ ਕਿ ਥੋੜ੍ਹਾ ਆਸਾਨੀ ਨਾਲ ਮਿਲ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚੋਂ ਸਭ ਤੋਂ ਪਹਿਲਾਂ ਇਹਨਾਂ ਦੇਸ਼ਾਂ ਦੇ ਬਾਰਡਰ ਕੋਲ ਲੈ ਕੇ ਜਾਂਦਾ ਹੈ, ਅਤੇ ਉੱਥੋਂ ਫਿਰ ਅਲੱਗ ਅਲੱਗ ਡੌਂਕਰ ਅੱਗੇ ਤੋਂ ਅੱਗੇ ਬਾਰਡਰ ਪਾਰ ਕਰਾਉਂਦੇ ਨੇ। ਸੋ ਇਹਨਾਂ ਵਿੱਚੋਂ ਜੇਕਰ ਬੰਦੇ ਨੂੰ ਸਿੱਧਾ ਮੈਕਸੀਕੋ ਭੇਜ ਦਿੱਤਾ ਜਾਵੇ ਤਾਂ ਉੱਥੋਂ ਉਸ ਨੂੰ ਸਿਰਫ ਇੱਕ ਹੀ ਬਾਰਡਰ ਪਾਰ ਕਰਨਾ ਪੈਂਦਾ ਹੈ ਬਾਕੀ ਦੇਸ਼ਾਂ ਦੇ ਮੁਕਾਬਲੇ, ਮਤਲਬ ਜਿਸ ਨੂੰ ਆਪਾਂ ਕੰਧ ਟੱਪਣੀ ਵੀ ਕਹਿ ਦਿੰਦੇ ਹਾਂ। ਸੋ ਇਹ ਬਾਕੀ ਬਾਰਡਰਾਂ ਦੇ ਮੁਕਾਬਲੇ ਤਾਂ ਥੋੜ੍ਹਾ ਸੌਖਾ ਹੁੰਦਾ ਹੈ, ਪਰ ਜੇਕਰ ਗੱਲ ਕਰੀਏ ਆਪਾਂ ਦੂਜੇ ਦੇਸ਼ਾਂ ਦੀ ਤਾਂ ਕਈ ਵਾਰ ਉਹ ਬੰਦੇ ਨੂੰ ਐਕੁਆਡੋਰ ਤੋਂ ਕੋਲੰਬੀਆ ਅਤੇ ਕੋਲੰਬੀਆ ਤੋਂ ਪਨਾਮਾ ਲੈ ਕੇ ਜਾਂਦੇ ਨੇ, ਅਤੇ ਇਹੀ ਰਸਤਾ ਸਭ ਤੋਂ ਖਤਰਨਾਕ ਹੈ। ਇੱਥੇ 96 ਕਿਲੋਮੀਟਰ ਤੱਕ ਤੁਹਾਨੂੰ ਪੈਦਲ ਚੱਲਣਾ ਪੈਂਦਾ ਹੈ। ਇਸ ਨੂੰ ਡੈਰੀਅਨ ਗੈਪ ਵੀ ਕਿਹਾ ਜਾਂਦਾ ਹੈ। ਡੌਂਕੀ ਸਮੇਂ ਸਭ ਤੋਂ ਵੱਧ ਮੌਤਾਂ ਇੱਥੇ ਹੀ ਹੁੰਦੀਆਂ ਨੇ। ਇੱਥੋਂ ਜਾਣ ਵਾਲੇ 100 ਵਿੱਚੋਂ 85 ਬੰਦੇ ਇੱਥੇ ਹੀ ਦਮ ਤੋੜ ਦਿੰਦੇ ਨੇ, ਕਿਉਂਕਿ ਇੱਥੇ ਕਿਡਨੈਪਿੰਗ, ਰੌਬਰੀ, ਜੰਗਲੀ ਜਾਨਵਰ ਅਤੇ ਮੈਕਸੀਕੋ ਮਾਫੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਮਰਨ ਵਾਲੇ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ, ਕਿਉਂਕਿ ਇਹ ਜੰਗਲ 42,000 ਕਿਲੋਮੀਟਰ ਦੇ ਏਰੀਏ ਵਿੱਚ ਫੈਲਿਆ ਹੋਇਆ ਹੈ। ਇਹ ਸਹਿਜ ਸਾਰੇ ਜੰਗਲ ਦਾ ਹੈ। ਪਾਰ 700 ਤੋਂ 800 ਕਿਲੋਮੀਟਰ ਦਾ ਏਰੀਆ ਹੀ ਕਰਨਾ ਪੈਂਦਾ ਹੈ, ਪਰ 700 ਤੋਂ 800 ਕਿਲੋਮੀਟਰ ਦਾ ਏਰੀਆ ਮਤਲਬ ਪੰਜਾਬ ਤੋਂ ਬੰਦਾ ਆਗਰਾ ਪਹੁੰਚੇ, ਅਤੇ ਇੰਨਾ ਗੈਪ ਤੁਹਾਨੂੰ ਇੱਕ ਬਾਰਡਰ 'ਤੇ ਮਿਲ ਸਕਦਾ ਹੈ। ਬਹੁਤ ਸਾਰੇ ਬੰਦਿਆਂ ਨੂੰ ਇਸ ਦੌਰਾਨ ਛੂਟ ਵੀ ਕਰ ਦਿੱਤਾ ਜਾਂਦਾ ਹੈ, ਜੋ ਕਿਸੇ ਬਿਮਾਰੀ ਜਾਂ ਸੱਟ ਲੱਗਣ ਕਾਰਨ ਤੁਰ ਫਿਰ ਨਹੀਂ ਪਾਉਂਦੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਬੰਦੇ ਕਾਰਨ ਸਾਡੀਆਂ ਹੋਰ ਮੁਸ਼ਕਲਾਂ ਵਧਣ। ਤੁਸੀਂ ਸਿਰਫ ਉਹਨਾਂ ਲਈ ਇੱਕ ਨੰਬਰ ਹੁੰਦੇ ਹੋ। ਸੋ ਜਿਹੜੇ ਜਿਹੜੇ ਖੋਇਆ ਪਿੰਨੀ ਖਾਣ ਦੇ ਸ਼ੌਕੀਨ ਨੇ ਉਹਨਾਂ ਲਈ ਅਸੀਂ ਅਗਲੇ 2 ਮਹੀਨਿਆਂ ਲਈ ਲਾਂਚ ਕਰ ਰਹੇ ਹਾਂ ਪਿਓਰ ਟ੍ਰੈਡੀਸ਼ਨਲ ਮੈਥਡ ਨਾਲ ਤਿਆਰ ਕੀਤੀ ਹੋਈ ਖੋਇਆ ਪਿੰਨੀ। ਸੋ ਚੰਡੀਗੜ੍ਹ, ਮੋਹਾਲੀ, ਖੈੜ ਮੋਰਿੰਡਾ ਏਰੀਏ ਦੇ ਨੇੜੇ ਤੇੜੇ ਤੁਸੀਂ ਫ੍ਰੀ ਡਿਲੀਵਰੀ ਮੰਗਾ ਸਕਦੇ ਹੋ। ਸੋ ਸਕਰੀਨ 'ਤੇ ਚੱਲ ਰਹੇ ਵਟਸਐਪ ਨੰਬਰ 'ਤੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਸੋ ਲਾਫੀ ਪਿਓਰ ਪਿੰਨੀ, ਕੁਆਲਿਟੀ ਅਤੇ ਪੰਜਾਬ ਦੀ ਫੀਲ ਜ਼ਰੂਰ ਆਵੇਗੀ। ਅਤੇ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਜੇਕਰ ਬੰਦਾ ਮੈਕਸੀਕੋ ਪਹੁੰਚ ਜਾਂਦਾ ਹੈ ਅਤੇ ਉੱਥੇ ਜਾ ਕੇ ਜੇ ਉਸਨੂੰ ਪੁਲਿਸ ਫੜ ਲਵੇ ਤਾਂ ਉਹ ਉਸਨੂੰ ਸਿੱਧਾ ਇੰਡੀਆ ਡਿਪੋਰਟ ਕਰ ਦਿੰਦੀ ਹੈ। ਅਤੇ ਜੇਕਰ ਹੁਣ ਬੰਦੇ ਨੇ ਮੈਕਸੀਕੋ ਤੋਂ ਅਮਰੀਕਾ ਦਾ ਬਾਰਡਰ ਪਾਰ ਕਰ ਲਿਆ ਤਾਂ ਉਹ ਅਮਰੀਕਾ ਵਿੱਚ ਐਂਟਰ ਹੁੰਦਾ ਹੈ, ਅਤੇ ਇਹ ਬਾਰਡਰ 1951 ਕਿਲੋਮੀਟਰ ਲੰਬਾ ਹੈ, ਮਤਲਬ 1951 ਕਿਲੋਮੀਟਰ ਦੀ ਵਾਲ ਦੇ ਤੁਸੀਂ ਕਿਸੇ ਵੀ ਅਲੱਗ ਅਲੱਗ ਥਾਂ ਤੋਂ ਅਮਰੀਕਾ ਵਿੱਚ ਐਂਟਰ ਕਰ ਸਕਦੇ ਹੋ। ਅਤੇ ਸਭ ਤੋਂ ਮਸ਼ਹੂਰ ਐਂਟਰੀ ਪੁਆਇੰਟ ਰੀਓ ਗ੍ਰੈਂਡ ਰਿਵਰ ਹੈ। ਇਹ ਇੱਕ ਨੈਚੁਰਲ ਬੈਰੀਅਰ ਹੈ ਮੈਕਸੀਕੋ ਅਤੇ ਅਮਰੀਕਾ ਵਿਚਕਾਰ। ਇਸ ਨੂੰ ਪਾਰ ਕਰਕੇ ਅਮਰੀਕਾ ਦੇ ਟੈਕਸਸ ਸ਼ਹਿਰ ਵਿੱਚ ਪੁੱਜਿਆ ਜਾਂਦਾ ਹੈ।
ਇੱਥੋਂ ਹੀ ਸਭ ਤੋਂ ਵੱਧ ਐਂਟਰੀ ਹੁੰਦੀ ਹੈ। ਇਸ ਤੋਂ ਇਲਾਵਾ ਲੋਹੇ ਦਾ ਅਤੇ ਕੰਕਰੀਟ ਦਾ ਬਾਰਡਰ ਵੀ ਮੌਜੂਦ ਹੈ ਅਤੇ ਅਮੈਰੀਕਾ ਮੈਕਸੀਕੋ ਨਾਲ ਚਾਰ ਸਟੇਟ ਦਾ ਬਾਰਡਰ ਸ਼ੇਅਰ ਕਰਦਾ ਹੈ, ਟੈਕਸਿਸ, ਕੈਲੀਫੋਰਨੀਆ, ਐਰੀਜ਼ੋਨਾ ਅਤੇ ਨਿਊ ਮੈਕਸੀਕੋ। ਅਤੇ ਟਰੰਪ ਸਰਕਾਰ ਨੇ ਹੀ ਬਾਰਡਰ 'ਤੇ ਇਹ ਸਖਤਾਈ ਕੀਤੀ ਸੀ। ਅਤੇ ਅਮੈਰੀਕਾ ਵਿੱਚ ਐਂਟਰ ਹੋਣ ਤੋਂ ਬਾਅਦ ਡਿਕਟੇਸ਼ਨ ਸੈਂਟਰ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਜ਼ੈਲਮ ਦੇ ਕਾਗਜ਼ਾਂ ਉੱਤੇ ਸਾਈਨ ਕਰਵਾ ਕੇ ਤੁਹਾਨੂੰ ਰਿਫਿਊਜੀ ਸਟੇਟਸ ਦੇ ਦਿੱਤਾ ਜਾਂਦਾ ਹੈ। ਅਤੇ ਇੱਥੇ ਹੀ ਬੰਦੇ ਨੂੰ ਵਕੀਲ ਵੀ ਦਿੱਤਾ ਜਾਂਦਾ ਹੈ ਜੋ ਕੋਰਟ ਵਿੱਚ ਤੁਹਾਡੇ ਆਉਣ ਨੂੰ ਜਸਟੀਫਾਈ ਕਰਦਾ ਹੈ ਕਿ ਤੁਹਾਨੂੰ ਤੁਹਾਡੇ ਦੇਸ਼ ਵਿੱਚ ਕੋਈ ਖਤਰਾ ਹੈ ਜਾਂ ਕੋਈ ਹੋਰ ਰੀਜ਼ਨ ਹੈ। ਅਤੇ ਇਹ ਵਕੀਲ ਬਹੁਤ ਵੱਡੀ ਫੀਸ ਲੈਂਦਾ ਹੈ, ਇਹ ਫੀਸ $10,000 ਤੋਂ ਵੱਧ ਕਿੰਨੀ ਵੀ ਹੋ ਸਕਦੀ ਹੈ। ਇਸ ਕੰਮ ਨੂੰ ਕਈ ਮਹੀਨੇ ਜਾਂ ਸਾਲ ਵੀ ਲੱਗ ਸਕਦੇ ਨੇ ਅਤੇ ਤੁਹਾਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਅਤੇ ਅਜ਼ੈਲਮ ਮਿਲਣ ਤੋਂ 150 ਦਿਨ ਬਾਅਦ ਹੀ ਤੁਸੀਂ ਵਰਕ ਪਰਮਿਟ ਪਾ ਸਕਦੇ ਹੋ ਅਤੇ ਇਹਨਾਂ 150 ਦਿਨਾਂ ਵਿੱਚ ਤੁਸੀਂ ਛੋਟਾ ਮੋਟਾ ਕੰਮ ਕਰ ਸਕਦੇ ਹੋ ਅਤੇ ਇਹ 150 ਦਿਨਾਂ ਵਿੱਚ ਅਮੈਰੀਕਾ ਨੂੰ ਹੀ ਫਾਇਦਾ ਹੈ। ਸੋ ਅਸਲ ਵਿੱਚ ਇਨਲੀਗਲੀ ਮਾਈਗ੍ਰੇਸ਼ਨ ਨਾਲ ਉਹਨਾਂ ਨੂੰ ਬਹੁਤ ਚੀਪ ਲੇਬਰ ਮਿਲ ਜਾਂਦੀ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕੌਣ ਕਿਸ ਸਮੇਂ ਕਦੋਂ ਇਨਲੀਗਲ ਬਾਰਡਰ ਤੋਂ ਆ ਰਿਹਾ ਹੈ। ਸੋ ਇਹ ਲੋਕ US ਦੀ ਇਕਾਨਮੀ ਵਿੱਚ ਵਿਲੀਅਨਸ ਦਾ ਫਾਇਦਾ ਕਰਦੇ ਨੇ ਅਤੇ ਉਹ ਇਹਨਾਂ ਲੋਕਾਂ ਨੂੰ ਕਿਉਂ ਰੋਕਣਗੇ। ਅਤੇ ਤੁਹਾਨੂੰ ਦੱਸ ਦਈਏ ਕਿ USA ਵਿੱਚ ਇਨਲੀਗਲ ਜਾਣ ਵਾਲੇ ਲੋਕਾਂ ਵਿੱਚ ਇੰਡੀਅਨ 3 ਨੰਬਰ 'ਤੇ ਆਉਂਦੇ ਨੇ ਅਤੇ ਪੂਰੀ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਇਨਲੀਗਲੀ ਤੌਰ 'ਤੇ ਜਾਣ ਵਾਲਿਆਂ ਵਿੱਚੋਂ ਇੰਡੀਅਨ 5 ਨੰਬਰ 'ਤੇ ਆਉਂਦੇ ਨੇ, ਜਿਨ੍ਹਾਂ ਵਿੱਚ ਟੌਪ 'ਤੇ 3 ਸਟੇਟਾਂ ਨੇ ਅਤੇ ਇਹਨਾਂ ਵਿੱਚ ਟੌਪ 'ਤੇ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਲੋਕ ਨੇ। ਅਕਤੂਬਰ 2021 ਤੋਂ ਅਗਸਤ 2022 ਤੱਕ 10 ਮਹੀਨੇ ਵਿੱਚ 16,290 ਇੰਡੀਅਨਸ ਨੂੰ USA ਬਾਰਡਰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਅਤੇ 2022 ਤੋਂ 2023 ਵਿੱਚ ਇਹ ਗਿਣਤੀ 97,000 ਹੋ ਚੁੱਕੀ ਹੈ ਅਤੇ ਇਹ ਹਰ ਸਾਲ ਵੱਧਦੀ ਰਹੀ ਹੈ। ਕੁਝ ਸਮੇਂ ਤੋਂ USA ਤੋਂ ਯੂਰਪ ਜਾਣ ਵਾਲੇ ਇੰਡੀਅਨਸ ਵਿੱਚੋਂ LGBTQ ਕਮਿਊਨਿਟੀ ਦੇ ਲੋਕਾਂ ਵਿੱਚ ਵੀ ਵਾਧਾ ਹੋਇਆ ਹੈ ਅਤੇ ਲੋਕਡਾਊਨ ਤੋਂ ਬਾਅਦ ਭਾਰਤ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿੱਚ 5 ਗੁਣਾ ਵਾਧਾ ਹੋਇਆ ਹੈ। ਸੋ ਪਨਾਮਾ ਦੇ ਜੰਗਲ 'ਤੇ ਕਿਸੇ ਵੀ ਦੇਸ਼ ਦਾ ਲਾਅ ਨਹੀਂ ਚੱਲਦਾ, ਇੱਥੇ ਨਾ ਹੀ ਕੋਈ ਰਾਏ ਅਤੇ ਨਾ ਹੀ ਕੋਈ ਆਵਾਜਾਈ ਅਤੇ ਨਾ ਹੀ ਬਹੁਤੀ ਸਖਤਾਈ। ਏਜੰਟ ਇਸ ਤੋਂ ਬਾਅਦ ਰੋਡ ਮੈਪ ਤਿਆਰ ਕਰਵਾਉਂਦਾ ਹੈ ਅਤੇ ਅਲੱਗ ਅਲੱਗ ਡੌਂਕਰ ਬੰਦੇ ਨੂੰ ਬਾਰਡਰ ਪਾਰ ਕਰਾਉਂਦੇ ਨੇ। ਇਹ ਸਾਰੇ ਡੌਂਕਰਾਂ ਨੂੰ ਵੀ $1,000 ਦੇਣੇ ਪੈਂਦੇ ਨੇ ਅਤੇ ਫਿਰ ਜੱਜ ਤੈਅ ਕਰਦਾ ਹੈ ਕਿ ਕਿਸ ਨੂੰ ਅਜ਼ੈਲਮ ਦੇਣਾ ਹੈ ਅਤੇ ਕਿਸ ਨੂੰ ਨਹੀਂ। 1984 ਦੇ ਸਮੇਂ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਗਏ ਅਤੇ ਉਹਨਾਂ ਨੂੰ ਉਸ ਸਮੇਂ ਦੀ ਸਖਤੀ ਕਾਰਨ ਅਜ਼ੈਲਮ ਮਿਲ ਗਿਆ। ਅਮੈਰੀਕਾ ਵਿੱਚ ਵਰਕ ਵੀਜ਼ਾ ਮਿਲਣਾ ਬਹੁਤ ਮੁਸ਼ਕਲ ਹੈ। ਸੋ ਅਸਲ ਵਿੱਚ ਅਮੈਰੀਕਾ ਇਨਲੀਗਲ ਇਮੀਗ੍ਰੇਟ ਨੂੰ ਰੋਕਦਾ ਨਹੀਂ ਹੈ, ਉਹ ਨਾਟਕ ਕਰਦਾ ਹੈ ਜੋ ਟਰੰਪ ਸਰਕਾਰ ਨੇ ਕੀਤਾ ਵੀ ਸੀ। ਅਤੇ ਅਮੈਰੀਕਾ ਸਰਕਾਰ ਨੂੰ ਮੈਡੀਕਲ, ਪੇਡ ਲੀਵ ਅਤੇ ਓਵਰ ਟਾਈਮ ਦੇ ਪੈਸੇ ਵੀ ਨਹੀਂ ਦੇਣੇ ਪੈਂਦੇ, ਪਰ ਉਹ ਉਹਨਾਂ ਤੋਂ ਟੈਕਸ ਪੂਰਾ ਲੈਂਦੀ ਹੈ। ਸੋ ਇੱਥੇ ਕੁਝ ਸਵਾਲ ਪੁੱਛੇ ਜਾਂਦੇ ਨੇ, ਸਭ ਤੋਂ ਪਹਿਲਾਂ ਤੁਹਾਡਾ ਧਰਮ ਕੀ ਹੈ? ਉਸ ਤੋਂ ਬਾਅਦ ਜੇ ਤੁਹਾਡੇ ਦੇਸ਼ ਵਿੱਚ ਤੁਹਾਡੀ ਜਾਨ ਨੂੰ ਖਤਰਾ ਸੀ ਤਾਂ ਤੁਹਾਡੀ ਸਰਕਾਰ ਨੇ ਕੁਝ ਨਹੀਂ ਕੀਤਾ? ਅਤੇ ਜੇ ਤੁਸੀਂ ਪਾਸ ਹੋ ਗਏ ਤਾਂ ਤੁਹਾਨੂੰ ਬਾਂਡ ਭਰ ਕੇ ਬਾਹਰ ਕੇਸ ਲਈ ਭੇਜ ਦਿੱਤਾ ਜਾਂਦਾ ਹੈ? ਜੇ ਫੇਲ ਹੋ ਗਏ ਤਾਂ ਹੋਰ ਕੋਰਟ ਵਿੱਚ ਕੇਸ ਪਾਉਣ ਦਾ ਆਪਸ਼ਨ ਹੁੰਦਾ ਹੈ ਅਤੇ ਕੇਸ ਦੇ 6 ਮਹੀਨੇ ਦੌਰਾਨ ਤੁਸੀਂ ਲਾਇਸੈਂਸ ਲਈ, ਜੌਬ ਲਈ ਅਪਲਾਈ ਕਰ ਸਕਦੇ ਹੋ ਅਤੇ ਜੋ ਬੱਚੇ ਹੁੰਦੇ ਨੇ ਉਹਨਾਂ ਨੂੰ ਆਸਾਨੀ ਨਾਲ ਹੀ ਪਾਸ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਅਲੱਗ ਜਗ੍ਹਾ 'ਤੇ ਰੱਖਿਆ ਜਾਂਦਾ ਹੈ, ਉਹਨਾਂ ਨੂੰ ਸਖਤਾਈ ਘੱਟ ਹੁੰਦੀ ਹੈ ਅਤੇ ਖਾਣਾ ਪੀਣਾ ਵੀ ਵਧੀਆ ਮਿਲਦਾ ਹੈ। ਅਤੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਜੇਕਰ ਬੰਦਾ ਗ੍ਰੀਨ ਕਾਰਡ ਤੋਂ ਬਿਨਾਂ ਇੰਡੀਆ ਆਉਣਾ ਚਾਹੇ ਤਾਂ ਉਸ ਨੂੰ ਨੇਪਾਲ ਦੇ ਰਸਤੇ ਹੀ ਆਉਣਾ ਜਾਣਾ ਪੈਂਦਾ ਹੈ। ਪਾਸਪੋਰਟ 'ਤੇ ਜੇ ਇੰਡੀਆ ਦੀ ਮੋਹਰ ਲੱਗ ਗਈ ਤਾਂ ਤੁਸੀਂ ਅਮੈਰੀਕਾ ਤੋਂ ਡਿਪੋਰਟ ਹੋ ਸਕਦੇ ਹੋ। ਅਤੇ ਡੌਂਕੀ ਮਤਲਬ ਗਧਾ ਵੀ ਹੁੰਦਾ ਹੈ ਅਤੇ ਜੋ ਪ੍ਰੋਸੈਸ ਹੀ ਗਧਿਆਂ ਦਾ ਹੋਇਆ ਉਹ ਆਸਾਨ ਤਾਂ ਨਹੀਂ ਹੋ ਸਕਦਾ। ਸੋ ਦੱਸਿਆ ਜਾਂਦਾ ਹੈ ਕਿ ਅਮੈਰੀਕਾ ਵਿੱਚ ਅਜ਼ੈਲਮ ਲੈਣ ਲਈ ਸਿਮਰਜੀਤ ਸਿੰਘ ਮਾਨ ਦੇ ਸਾਈਨ ਵੀ ਬਹੁਤ ਕੰਮ ਕਰਦੇ ਨੇ ਅਤੇ ਬਹੁਤ ਸਾਰੇ ਪੰਜਾਬੀ ਉਹਨਾਂ ਤੋਂ ਇਹ ਸਹਾਇਤਾ ਲੈਂਦੇ ਵੀ ਨੇ, ਪਰ ਉਹ ਇਸ ਦੀ ਅਮਾਊਂਟ ਵੀ ਚਾਰਜ ਕਰਦੇ ਨੇ। ਸੋ ਮੈਕਸੀਕੋ ਤੋਂ ਸਭ ਤੋਂ ਵੱਧ ਲੋਕ USA ਜਾਂਦੇ ਨੇ ਅਤੇ ਕੁਝ ਲੋਕ ਕੈਨੇਡਾ ਵਾਲੀ ਸਾਈਡ ਤੋਂ ਵੀ ਅਮੈਰੀਕਾ ਵਿੱਚ ਐਂਟਰ ਹੁੰਦੇ ਨੇ। ਜਿਵੇਂ ਪੰਜਾਬ ਵਿੱਚ ਕੈਨੇਡਾ ਜਾਣ ਦਾ ਕਰੇਜ਼ ਹੈ, ਇਸੇ ਤਰ੍ਹਾਂ ਗੁਜਰਾਤ ਵਿੱਚ ਅਮੈਰੀਕਾ ਜਾਣ ਦਾ ਕਰੇਜ਼ ਹੈ। ਸੋ ਗੁਜਰਾਤ ਦਾ ਇੱਕ ਪਿੰਡ ਦਿਗੂਚਾ ਇੱਥੇ ਬਹੁਤ ਸਾਰੇ ਘਰਾਂ ਨੂੰ ਜਿੰਦਾ ਲੱਗਿਆ ਹੋਇਆ ਹੈ ਕਿਉਂਕਿ ਜ਼ਿਆਦਾਤਰ ਲੋਕ US ਚਲੇ ਗਏ ਨੇ ਅਤੇ ਜੋ ਰਹਿ ਗਏ ਨੇ ਉਹ US ਜਾਣਾ ਚਾਹੁੰਦੇ ਨੇ, ਪਰ ਬਹੁਤ ਸਾਰੇ ਲੋਕ US ਤੋਂ ਕਦੇ ਵਾਪਸ ਹੀ ਨਹੀਂ ਆਏ। ਅਤੇ ਕੈਨੇਡਾ ਤੋਂ ਅਮੈਰੀਕਾ ਜਾਣ ਦਾ ਮਸ਼ਹੂਰ ਬਾਰਡਰ ਰੌਕਸਮ ਰੋਡ ਹੈ। ਇੱਥੇ ਠੰਡ ਕਾਰਨ ਬਰਫ਼ ਜੰਮੀ ਰਹਿੰਦੀ ਹੈ, ਇੱਥੇ -35 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹਿੰਦਾ ਹੈ ਅਤੇ ਇੱਥੇ ਬਹੁਤ ਘੱਟ ਸਿਕਿਉਰਿਟੀ ਹੈ ਕਿਉਂਕਿ ਇੱਥੇ ਬਹੁਤ ਨਾ ਮਾਤਰ ਲੋਕ ਹੀ ਬਾਰਡਰ ਕ੍ਰੋਸ ਕਰਦੇ ਨੇ ਕਿਉਂਕਿ ਇੱਥੇ ਜ਼ਿੰਦਗੀ ਅਤੇ ਮੌਤ ਦੇ 50-50 ਚਾਂਸ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਇੱਥੋਂ ਹੀ ਗੁਜਰਾਤ ਦੀ ਇੱਕ ਫੈਮਿਲੀ ਦੀ ਖਬਰ ਆਈ ਸੀ ਜੋ 2023 ਵਿੱਚ ਇੱਥੇ ਸਾਰੀ ਫੈਮਿਲੀ ਡੈੱਡ ਪਈ ਮਿਲੀ ਸੀ। ਇਹਨਾਂ ਬਾਰਡਰ ਤੋਂ ਬਹੁਤ ਸਾਰੀ ਹਿਊਮਨ ਟ੍ਰੈਫਿਕ ਵੀ ਹੁੰਦੀ ਹੈ, ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਅੰਗ ਵੇਚਣ ਲਈ ਮਾਰ ਵੀ ਦਿੱਤਾ ਜਾਂਦਾ ਹੈ। ਇਹ ਧੰਦਾ ਵੀ ਬਹੁਤ ਵੱਡੇ ਲੈਵਲ 'ਤੇ ਚੱਲਦਾ ਹੈ। ਸੋ ਜੇਕਰ ਗੱਲ ਕਰੀਏ ਯੂਰਪ ਦੀ ਡੌਂਕੀ ਤਾਂ ਬਹੁਤ ਸਾਰੇ ਲੋਕ
ਬੈਟਰ ਓਪਰਚੁਨਿਟੀ ਲਈ ਵਿਦੇਸ਼ ਵਿੱਚ ਜਾਂਦੇ ਨੇ। ਇਸ ਵਿੱਚ ਵੀ ਏਜੰਟ ਹੀ ਸਾਨੂੰ ਰਾਹ ਦਿਖਾਉਂਦਾ ਹੈ, ਜਿਸ ਵਿੱਚ ਦੋ ਰਾਸਤੇ ਨੇ, ਜਿਵੇਂ ਸਭ ਤੋਂ ਪਹਿਲਾ ਰਾਸਤਾ ਹੈ ਡਬਈ ਅਤੇ ਡਬਈ ਤੋਂ ਇਰਾਨ, ਇਰਾਨ ਤੋਂ ਤੁਰਕੀ, ਤੁਰਕੀ ਤੋਂ ਗ੍ਰੀਸ, ਅਤੇ ਇਹ ਰਾਸਤਾ ਜ਼ਿਆਦਾਤਰ ਪਾਕਿਸਤਾਨੀ ਵਰਤਦੇ ਨੇ। ਇੰਡੀਆ ਲਈ ਦੋ ਹੋਰ ਰਾਸਤੇ ਨੇ, ਅਲਬਾਨੀਆ ਅਤੇ ਸਰਬੀਆ ਵਾਲੇ ਰਾਸਤੇ। ਸਭ ਤੋਂ ਪਹਿਲਾਂ ਅਲਬਾਨੀਆ ਦਾ ਵੀਜ਼ਾ ਲੈਣਾ ਪੈਂਦਾ ਹੈ ਜੋ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ, ਇੱਥੋਂ ਗ੍ਰੀਸ ਜਾਣਾ ਪੈਂਦਾ ਹੈ, ਅਤੇ ਦੂਜਾ ਸਰਬੀਆ ਦਾ ਵੀਜ਼ਾ ਲੈਣਾ ਪੈਂਦਾ ਹੈ ਜੋ ਆਸਾਨੀ ਨਾਲ ਮਿਲ ਜਾਂਦਾ ਹੈ। ਇੱਥੋਂ ਜਾਣਾ ਪੈਂਦਾ ਹੈ ਹੰਗਰੀ, ਹੰਗਰੀ ਤੋਂ ਆਸਟਰੀਆ, ਆਸਟਰੀਆ ਵਿੱਚ ਜੇਕਰ ਤੁਸੀਂ ਅਜ਼ੈਲਮ ਪਾਉਂਦੇ ਹੋ ਤਾਂ ਇੱਥੋਂ ਤੁਸੀਂ ਫਿਰ ਅੱਗੇ ਮੂਵ ਕਰ ਸਕਦੇ ਹੋ। ਸਰਬੀਆ ਦਾ ਰਾਹ ਜ਼ਿਆਦਾ ਵਰਤਿਆ ਜਾਂਦਾ ਹੈ, ਇੱਥੋਂ ਸਾਰੇ ਲੈਂਡ ਬਾਰਡਰ ਲੱਗਦੇ ਨੇ। ਸਰਬੀਆ ਤੋਂ ਅੱਗੇ ਸਾਰੇ ਦੇਸ਼ਾਂ ਵਿੱਚ ਇੱਕ ਇੱਕ ਕਰਕੇ ਡੌਂਕੀ ਲਾਉਣੀ ਪੈਂਦੀ ਹੈ। ਸੋ ਇਸ ਦਾ ਫਾਇਦਾ ਇਹ ਹੈ ਕਿ ਯੂਰਪ ਦੇ ਕਿਸੇ ਵੀ ਇੱਕ ਦੇਸ਼ ਵਿੱਚ ਪਹੁੰਚਣ 'ਤੇ ਤੁਹਾਨੂੰ ਸਾਰੇ ਯੂਰਪ ਦਾ ਵੀਜ਼ਾ ਕੁਝ ਕੁ ਸਾਲਾਂ ਵਿੱਚ ਮਿਲ ਜਾਂਦਾ ਹੈ। ਬਹੁਤ ਸਾਰੇ ਏਜੰਟ ਸਮੁੰਦਰ ਰਾਹੀਂ ਡੌਂਕੀ ਲਵਾਉਂਦੇ ਨੇ ਜੋ ਬਹੁਤ ਜ਼ਿਆਦਾ ਖਤਰਨਾਕ ਹੈ। ਬਹੁਤ ਸਾਰੀਆਂ ਕਿਸ਼ਤੀਆਂ ਰਾਹ ਵਿੱਚ ਹੀ ਡੁੱਬ ਜਾਂਦੀਆਂ ਨੇ, ਜਿਵੇਂ ਬਹੁਤ ਹੀ ਖਤਰਨਾਕ ਘਟਨਾ ਘਟੀ ਸੀ 1996 ਵਿੱਚ ਜਦੋਂ ਮਾਲਟਾ ਨੂੰ ਜਾਂਦੀ ਇੱਕ ਕਿਸ਼ਤੀ ਡੁੱਬੀ ਸੀ ਜਿਸ ਵਿੱਚ ਜ਼ਿਆਦਾਤਰ ਪੰਜਾਬੀ ਹੀ ਸੀ। ਇੱਥੇ ਜੰਗਲ ਵਾਲਾ ਰਾਸਤਾ ਵੀ ਵਰਤਿਆ ਜਾਂਦਾ ਹੈ ਜਿਸ ਵਿੱਚ ਸੇਮ ਪਨਾਮਾ ਜੰਗਲ ਵਾਲੀਆਂ ਮੁਸ਼ਕਲਾਂ ਆਉਂਦੀਆਂ ਨੇ, ਅਤੇ ਇਸ ਤੋਂ ਬਾਅਦ ਅੱਗੇ ਅਜ਼ੈਲਮ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ। ਅਤੇ ਜਦੋਂ ਤੁਸੀਂ ਆਪਣੀ ਪਸੰਦੀਦਾ ਕੰਟਰੀ ਵਿੱਚ ਪਹੁੰਚ ਜਾਂਦੇ ਹੋ ਤਾਂ ਉੱਥੇ ਜਾ ਕੇ ਤੁਸੀਂ ਇਹ ਸ਼ੋਅ ਕਰ ਦਿਓ ਕਿ ਮੈਨੂੰ ਮੇਰੀ ਕੰਟਰੀ ਵਿੱਚ ਖਤਰਾ ਹੈ, ਇਸ ਲਈ ਮੈਨੂੰ ਇੰਟਰਨੈਸ਼ਨਲ ਪ੍ਰੋਟੈਕਸ਼ਨ ਚਾਹੀਦੀ ਹੈ। ਅਤੇ ਜਦੋਂ ਤੁਸੀਂ ਇਹ ਸਭ ਕੁਝ ਸਾਬਤ ਕਰ ਦਿੰਦੇ ਹੋ ਤਾਂ ਤੁਸੀਂ ਫਿਰ ਉੱਥੇ ਰਹਿ ਸਕਦੇ ਹੋ। ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਡੰਕੀ ਵਿੱਚ ਵੀ ਇਹੀ ਮੁੱਦਾ ਚੁੱਕਿਆ ਗਿਆ ਹੈ, ਅਤੇ ਇਸ ਦੀ ਪਿੱਠਭੂਮੀ ਸਟੋਰੀ ਪੰਜਾਬ ਤੋਂ ਇੰਗਲੈਂਡ ਜਾਣ ਦੀ ਹੋਵੇਗੀ। ਸੋ ਡੰਕੀ ਦਾ ਮਤਲਬ ਹੈ ਡੌਂਕੀ, ਜੋ ਪ੍ਰੋਸੈਸ ਅਸੀਂ ਤੁਹਾਨੂੰ ਸਮਝਾਇਆ ਹੈ। ਇਹ ਫਿਲਮ 3 ਇਡੀਅਟ ਅਤੇ ਪੀਕੇ ਵਰਗੀਆਂ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਰਾਜਕੁਮਾਰ ਹਰਾਨੀ ਨੇ ਬਣਾਈ ਹੈ। ਸੋ ਜੇਕਰ ਤੁਸੀਂ ਇਹਨਾਂ ਦੇ ਪਿਛਲੀਆਂ ਫਿਲਮਾਂ ਦੇ ਰਿਕਾਰਡ ਦੇਖਦੇ ਹੋਏ ਇਹ ਫਿਲਮ ਦੇਖਣ ਜਾ ਰਹੇ ਹੋ ਤਾਂ ਤੁਹਾਨੂੰ ਉਹਨਾਂ ਦੇ ਮੁਕਾਬਲੇ ਇਹ ਫਿਲਮ ਥੋੜ੍ਹੀ ਠੰਡੀ ਨਜ਼ਰ ਆਵੇਗੀ। ਲਾਸਟ ਵਿੱਚ ਗੱਲ ਕਰਦੇ ਹਾਂ, ਕਦੇ ਵੀ ਸੱਚ ਬੋਲਣ ਵਾਲੇ ਇਨਸਾਨ ਨੂੰ ਕੁਝ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ, ਅਤੇ ਹਮੇਸ਼ਾ ਆਪਣਾ ਪ੍ਰਭਾਵ ਪਾਉਣ ਲਈ ਆਪਣੇ ਸ਼ਬਦਾਂ ਨੂੰ ਉੱਚਾ ਕਰੋ, ਆਪਣੀ ਆਵਾਜ਼ ਨਹੀਂ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਉੱਤੇ ਫੋਲੋ ਕਰ ਲਿਓ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।